ईवन पंजाबी निडर निरपक्ष नवी सोच मैं थोड़ा दोस्त सोम सहोता तो लैके हाजिर हाँ करंट इशू। दोस्तों नशियां की गल करिए तो नशियां ने परिवारों के परिवार घरां दे घर तबाह कर दिते ने और कितनी खूबसूरत जिंदगी उस मालिक ने बख्शी हुई है। और जो आप नशियां का सेवन कर लग पैंदे आ तो उस वेला पूरी दी पूरी जिंदगी तबाह हो जाती है। जो अजिहियां खबर आउंदियां ने तो दिल दहल जाता है। बरेटे की गल करिए तो बरेटे के बिल्कुल नज़दीक एक नौजवान भी नशियां का आदी सी, शराब पीती हुई सी, अचानक एक नाले विच गिर गया और उसकी मौत हो गई। जरा सोचो उस बुजुर्ग माँ बाप का, उन्हां दे परिवारक मैंबरां दा जिन्हां दा हमेशा वास्ते घर का एक मैंबर इस दुनिया नू इस नशे के कारण अलविदा कह गया। यह सारा कुछ किवें होया पूरी जानकारी देने वास्ते मेरे नाल जगदीश गोयल जी बरेटे तो जुड़ चुके ने, उन्हां तो जानकारी लैने आ। गोयल साहब की अपडेट है इस खबर नू लैके? सारे ये गल है जी, जो दारू है जी, दारू बड़े बड़े काले कराल दिया इस तरह जी। बरेटे दे कोले इक पिंड आ जुगलान जी, उत्थों जी जी अमृतपाल सिंह पुत्र करनैल सिंह वासी जुगलान दे ने, उन्हां जी कितें दारू पी के सवेर वेले जी ओह कैंचियां दे उपर जिथे की आबादी है जी बहुत ज्यादा जी, उत्थे जी सवेर वेले कितें नाले च डिग पिया जी जी। ओला जी किसे नु कोई पता लगा, थोड़ी देर बाद देखा जी किसे ने भी कोई बंदा जी नाले दे विच पया जी। ओ पुलिस नु सूचित करन ते जी पुलिस ने जी ओदी डेड बॉडी कढ के जी ओदी शनाख्त वास्ते जी बलाडे भेजती जी जी। ओदे जी पोस्टमार्टम कीता गया, ओथो जी उहनां दे पिंडों जी सरपंच दा फोन आया भी जो ए बंदा डेड बॉडी है जी ए साडे पिंड दी है जी जी। ਉੱਥੋਂ ਜੀ ਇਹਨਾਂ ਦੀ ਸ਼ਨਾਖਤ ਹੋ ਗਈ ਜੀ। ਉਸ ਤੋਂ ਬਾਅਦ ਜੀ ਜਸਵਿੰਦਰ ਸਿੰਘ ਏ ਐਸ ਆਈ ਨੇ ਜੀ ਉਹਦੇ 174 ਦੀ ਕਾਰਵਾਈ ਕਰਕੇ ਜੀ ਉਹ ਡੈਡ ਬੋਡੀ ਜੀ ਉਹਨਾਂ ਨੂੰ ਉਹਨਾਂ ਦੇ ਹਵਾਲੇ ਕਰਤੀ। ਅੱਛਾ ਗੋਇਲ ਸਾਹਿਬ ਇਸ ਲੜਕੇ ਦੀ ਸ਼ਾਦੀ ਹੋਈ ਸੀਗੀ? ਨਹੀਂ ਜੀ, ਉਹ ਉਮਰ ਛੋਟੀ ਹੈ ਜੀ, 28-30 ਸਾਲ ਦੀ ਹੈ ਜੀ, ਇਹਦੇ ਕੋਈ ਸ਼ਾਦੀ ਨਹੀਂ ਇਹਦੀ। ਸੁਣੀ ਜੀ ਵੀ ਇਹਦੀ ਸ਼ਾਦੀ ਹੋਈ ਹੈ ਜੀ, ਜਾਂ ਨਾ ਹੋਈ ਹੈ, ਵੈਸੇ ਦਾਰੂ ਪੀਣ ਦਾ ਬਹੁਤ ਆਦੀ। ਸੋ ਬਹੁਤ ਬਹੁਤ ਮਿਹਰਬਾਨੀ ਗੋਇਲ ਸਾਹਿਬ, ਤੁਸੀਂ ਜਾਣਕਾਰੀ ਦਿੱਤੀ ਔਰ ਇਸ ਸੰਬੰਧ ਵਿੱਚ ਪੁਲਿਸ ਆਫੀਸਰ ਦੇ ਨਾਲ ਵੀ ਗੱਲਬਾਤ ਕੀਤੀ ਹੈ। ਕੀ ਗੱਲਬਾਤ ਹੋਈ ਹੈ ਆਓ ਸੁਣਦੇ ਹਾਂ। ਮੈਂ ਜਸਵਿੰਦਰ ਸਿੰਘ ਜੀ, ਐਸ ਆਈ ਥਾਣਾ ਬਰੇਟਾ ਜੀ। ਅੱਜ ਸਾਨੂੰ ਥਾਣਾ ਇੱਕ ਫੋਨ ਮਸੂਲ ਹੋਇਆ ਸੀ ਕਿ ਬਹਾਦਰਪੁਰ ਚੌਂਕ ਬਰੇਟਾ ਨੇੜੇ ਇੱਕ ਡੈੱਡ ਬੋਡੀ ਪਈ ਹੈ ਗੰਦੇ ਨਾਲ 'ਚ ਡਿੱਗੀ। ਅਸੀਂ ਮੌਕੇ ਪਰ ਜਾ ਕੇ ਡੈੱਡ ਬੋਡੀ ਨੂੰ ਬਾਹਰ ਕੱਢ ਕੇ ਸ਼ਨਾਖਤ ਲਈ ਮੁਤਬਰ ਵਿਅਕਤੀ ਨੂੰ ਬੁਲਾਇਆ। ਉੱਥੇ ਮੌਕੇ 'ਤੇ ਸ਼ਨਾਖਤ ਨਹੀਂ ਹੋ ਸਕੀ, ਬਾਅਦ 'ਚ ਸ਼ਨਾਖਤ ਕਰਨ ਲਈ ਸਿਵਲ ਹਸਪਤਾਲ ਬੁਲਾਡਾ ਅਸੀਂ ਡੈਡੋ 'ਚ ਰੱਖਤਾ। ਬਾਅਦ ਵਿੱਚ ਸਾਨੂੰ ਸਰਪੰਚ ਜਗਲਾਨ ਤੋਂ ਫੋਨ ਆਇਆ ਕਿ ਮ੍ਰਿਤਕ ਸਾਡੇ ਪਿੰਡ ਦਾ ਅੰਮ੍ਰਿਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਜਗਲਾਨ, ਜਿਹਦੀ ਉਮਰ 30 ਸਾਲ ਆ ਜੀ, ਅਤੇ ਕਾਰਵਾਈ ਅਸੀਂ ਅਮਲ 'ਚ ਲਿਆ ਰਹੇ ਹਾਂ। ਜੈਸੇ ਸੂਰਤ ਹੋਊਗੀ ਅਸੀਂ ਕਾਰਵਾਈ ਕਰਾਂਗੇ ਜੀ। ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਈਵਨ ਪੰਜਾਬੀ ਟੀਵੀ ਦੇ ਨਾਲ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।